ਮੰਤਰੀ ਲਾਲਜੀਤ ਭੁੱਲਰ ਹੋਲਾ ਵੱਲੋਂ ਰਾਮਗੜੀਆ ਸਮਾਜ ਦੇ ਖਿਲਾਫ ਭੱਦੀ ਸ਼ਬਦਾਵਲੀ ਬੋਲਣ ਦੇ ਖਿਲਾਫ ਰਾਮਗੜੀਆ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਰੋਸ ਜ਼ਾਹਰ ਕੀਤਾ ਜਾ ਰਿਹਾ ਅਤੇ ਨਾਲ ਹੀ ਮੰਤਰੀ ਲਾਲਜੀਤ ਭੁੱਲਰ ਹੋਲਾ ਵੱਲੋਂ ਇਸ ਬਾਬਤ ਮਾਫ਼ੀ ਤਾਂ ਮੰਗ ਲਈ ਸੀ ਪਰ ਰਾਮਗੜੀਆ ਸਮਾਜ ਦੇ ਵਿੱਚ ਇਸ ਬਾਬਤ ਰੋਸ ਵੀ ਹੈ। ਗੱਲਬਾਤ ਕਰਦੇ ਸਾਡੇ ਨਾਲ ਸਾਬਕਾ ਮੰਤਰੀ ਮਲਕੀਤ ਸਿੰਘ ਮੌਜੂਦ ਨੇ ਗੱਲਬਾਤ ਕਰ ਮਲਕੀਤ ਸਿੰਘ ਜੀ ਮਾਫ਼ੀ ਮੰਗ ਲਈ ਸੀ ਲਾਲਜੀਤ ਭੁੱਲਰ ਹੋਣਾ ਵੱਲੋਂ ਇਸ ਮਸਲੇ ਦੇ ਵਿੱਚ ਪਰ ਫਿਰ ਵੀ ਹਜੇ ਤੱਕ ਕਹਿੰਦੇ ਰੋਸ ਆ ਉਹ ਜ਼ਖਮ ਹਜੇ ਕਹਿੰਦੇ ਤਾਜ਼ਾ ਹੀ ਹੈ ਤੁਸੀਂ ਦੇਖੋ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਸਾਡੇ ਹਿੰਦੁਸਤਾਨ 'ਚੋਂ ਅੰਗਰੇਜ਼ ਚਲ ਗਏ ਇੱਕ ਦੋ ਅੱਖਰਾਂ ਦਾ ਸ਼ਬਦ ਛੱਡ ਕੇ ਸੋਰੀ ਤੁਸੀਂ ਕਿਸੇ ਖੜ੍ਹੇ ਥੱਪੜ ਮਾਰ ਕੇ ਫਿਰ ਸੋਰੀ ਕੋਈ ਮਤਲਬ ਬਣਦਾ ਇਸ ਚੀਜ਼ ਦਾ ਜਿਹੜੀ ਇਹ ਸ਼ਬਦਾਵਲੀ ਬੋਲੀ ਗਈ ਹੈ ਅਚਾਨਕ ਹੈ ਤੂੰ ਕਾਂਡ ਸੇ ਕਿ ਸਲਿਪ ਆਫ ਟੰਗ ਹੈਗੀ ਇਹ ਨਹੀਂ ਇਹ ਕੋਈ ਨਾ ਕੋਈ ਇਹਦੀ ਮਨਸਾ ਰਹੀ ਹੋਏਗੀ ਪਿੱਛੇ ਜੇ ਲੋਕਾਂ ਨੂੰ ਜਲੀਲ ਕਰਨ ਦੀ ਕੋਈ ਕਰਨ ਦੀ ਕਿਉਂ ਇਹ ਬੋਲਿਆ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਕੀ ਵਿਗਾੜਿਆ ਇਹਦਾ ਅਸੀਂ ਆ ਲੋਕਾਂ ਨੂੰ ਵੋਟਾਂ ਪਾਈਆਂ 42% OBC ਹੈ ਪੰਜਾਬ ਦੇ ਵਿੱਚ ਜਿਹ 'ਚੋਂ 12% ਇਕੱਲੇ ਰਾਮਗੜੀਆਂ ਨੇ ਬਾਕੀ ਹੋਰ ਕਾਸਤਾਂ ਹੈਗੀਆਂ ਨੇ 42% ਲੋਕ ਜੀ ਇਹਨਾਂ ਦੇ ਖਿਲਾਫ਼ ਹੋ ਗਏ ਇਹ ਕੱਲ੍ਹ ਨੂੰ ਆਉਣਗੇ ਪਾਵਰ 'ਚ ਸਵਾਲ ਹੀ ਪੈਦਾ ਹੁੰਦਾ ਅਸੀਂ ਹੁਣ ਸੋਚ ਰਹੇ ਹਾਂ ਇਸ ਪਾਸੇ ਚੱਲਣ ਵਾਸਤੇ ਵੀ ਪਰ ਹਜੇ ਸਾਡੀ ਇਮੀਡੀਏਟ ਰਿਕੁਐਸਟ ਇਹੀ ਆ ਭਗਵੰਤ ਜੀ ਨੂੰ ਸੀਐਮ ਸਾਹਿਬ ਪੰਜਾਬ ਨੂੰ ਇਹ ਬੰਦੇ ਨੂੰ ਬਰਖਾਸਤ ਕਰੋ ਆਪਣੀ ਕੈਬਨਿਟ 'ਚੋਂ ਔਰ ਇਹਦੀ ਸਟੇਟ ਚੇਂਜ ਕਰੇ ਪਾਰਲੀਮੈਂਟ ਕਿਸੇ ਹੋਰ ਨੂੰ ਦਿਓ ਅੱਜ ਇੱਕ ਮਿਨਿਸਟਰ ਦੇ ਅਹੁਦੇ 'ਤੇ ਹੁੰਦਾ ਹੋਇਆ ਐਡਾ ਵੱਡਾ ਰੁਤਬਾ ਹੁੰਦਾ ਬੰਦਾ ਉਹ ਇਹੋ ਜਿਹੇ ਸ਼ਬਦ ਬੋਲਦਾ ਲੋਕਾਂ ਵਾਸਤੇ ਜਿਨ੍ਹਾਂ ਨੇ ਇਹਨੂੰ ਬਿਠਾਇਆ ਕੁਰਸੀ 'ਤੇ ਕੱਲ੍ਹ ਨੂੰ ਤੁਸੀਂ ਪਾਰਲੀਮੈਂਟ ਭੇਜੋਗੇ ਉੱਥੇ 140 ਕਰੋੜ ਲੋਕਾਂ ਨੂੰ ਰੀਪ੍ਰੈਜੈਂਟ ਕਰਨਾ ਤੁਸੀਂ ਅਤੇ ਉੱਥੇ ਜਾ ਕੇ ਆਕਲ ਨਾ ਕਰੂ ਹੈ ਤੁਹਾਨੂੰ ਬੰਦੇ ਚਾਹੀਦੇ ਆ ਦੇਸ਼ ਦੇ ਵਿਕਾਸ ਵਾਸਤੇ ਸਾਡੀ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੇ ਵਿਕਾਸ ਵਾਸਤੇ ਕਿਸਾਨਾਂ ਦੇ ਮਸਲਿਆਂ ਵਾਸਤੇ ਗਰੀਬਾਂ ਦੇ ਮਸਲਿਆਂ ਵਾਸਤੇ ਬਿਜਲੀ ਵਾਸਤੇ ਐਜੂਕੇਸ਼ਨ ਵਾਸਤੇ ਹੈਲਥ ਵਾਸਤੇ ਨਾ ਕਿ ਲੋਕਾਂ ਨੂੰ ਬੇਇੱਜ਼ਤੀ ਕਰਨ ਵਾਸਤੇ ਅਤੇ ਇਹਦੇ ਬੰਦੇ ਨੂੰ ਕੱਢ ਕੇ ਕੋਈ ਅੱਛਾ ਬੰਦਾ ਲਿਆਓ ਜਿਹੜਾ ਜਾ ਕੇ ਤੁਹਾਡੀ ਪਾਰਟੀ ਦੇ ਵੀ ਉੱਥੇ ਇੱਜ਼ਤ ਬਣਾਏ ਮਾਣ ਬਣਾਵੇ ਹਾਊਸ ਦੇ ਵਿੱਚ ਔਰ ਪੰਜਾਬ ਦੇ ਲੋਕਾਂ ਦੀ ਵੀ ਗੱਲ ਕਰੇ ਇਹੋ ਜਿਹੇ ਆਦਮੀ ਚਾਹੀਦੇ ਆ ਅਸੀਂ ਗਾਂ ਗਵਰਨਰ ਸਾਹਿਬ ਨੂੰ ਰੀਪ੍ਰਜੈਂਟੇਸ਼ਨ ਦਿੱਤੀ ਆ ਪੁਸ਼ ਕਰਾਂਗੇ ਮਿਲਣ ਦੀ ਵੀ ਟਾਈਮ ਲੈ ਕੇ DGP ਸਾਹਿਬ ਨੂੰ ਵੀ ਕਿ ਇਹਦੇ ਖਿਲਾਫ਼ ਕੇਸ ਰਜਿਸਟਰ ਕਰਕੇ ਬਣਦੀ ਕਾਰਵਾਈ ਕਰਕੇ ਇਹਨੂੰ ਘੱਟੋ ਘੱਟ ਨੂੰ 6 ਮਹੀਨੇ ਵਾਸਤੇ ਸਜ਼ਾ ਦਿਲਵਾਈ ਜਾਵੇ ਤਾਂ ਕਿ ਆਉਣੇ ਸਮੇਂ 'ਚ ਅੱਗੇ ਬਾਕੀ ਲੋਕਾਂ ਨੂੰ ਪਤਾ ਲੱਗੇ ਕਿ ਪਾਵਰ ਦੇ ਨਸ਼ੇ 'ਚ ਆ ਕੇ ਲੋਕਾਂ ਨੂੰ ਜਲੀਲ ਨਹੀਂ ਕਰਨਾ ਚਾਹੀਦਾ। ਅਗਲਾ ਜੇ ਅਗਰ ਇਹ ਮੰਗ ਨਹੀਂ ਪ੍ਰਵਾਨ ਹੁੰਦੀ ਜੇ ਗਵਰਨਰ ਸਾਹਿਬ ਜਾਂ DGP ਸਾਹਿਬ ਨੂੰ ਤੁਸੀਂ ਕਹਿ ਰਹੇ ਹੋ ਕਿ ਮੰਗ ਪੱਤਰ ਦਿੱਤਾ ਜਾ ਰਿਹਾ ਨਹੀਂ ਪ੍ਰਵਾਨ ਹੁੰਦੀ ਐਕਸ਼ਨ ਕੀ ਹੋਊਗਾ ਰਾਮਗੜੀ ਸਮਾਜ ਫਿਰ ਅਸੀਂ ਲਾਮਬੰਦ ਕਰਾਂਗੇ ਆਪਣੇ 40% ਨੂੰ ਸਾਡੇ ਕੋਲ ਮਹੀਨਾ ਪਿਆ ਡੇਢ ਮਹੀਨਾ ਪਿਆ ਪੋਲਿੰਗ ਹੋਣ ਦੇ ਵਿੱਚ ਫਿਰ 13 ਦੇ 13 ਸੀਟਾਂ 'ਤੇ ਜਾ ਕੇ ਇਕੱਠੇ ਹੋ ਕੇ ਇਹਦਾ ਵਿਰੋਧ ਕਰਾਂਗੇ ਆਮ ਆਦਮੀ ਪਾਰਟੀ ਦਾ ਅਗਲੇ ਉੱਤੇ ਐਕਸ਼ਨ ਨਹੀਂ ਲੈਣਗੇ ਤਾਂ ਇੱਕ ਬੰਦੇ ਨੂੰ ਬਦਲ ਲੈਣਗੇ ਅਤੇ ਚੰਗੇ ਰਹਿਣਗੇ ਨਹੀਂ ਜਿਹੜੇ ਹੁਣ 13-0 ਕਹਿ ਰਹੇ ਨਾ ਇਹ 0-13 ਹੋਣਗੀਆਂ ਫਿਰ ਉਲਟਾ ਹੋਊਗਾ ਇਨਫੈਕਟ 12-42% ਵੋਟ ਮਜ਼ਾਕ ਨਹੀਂ ਹੁੰਦੀ ਜੇ 12 ਨਾ ਵੀ ਸਾਡੇ ਇਕੱਠੇ ਹੋ ਕੇ ਪਾਉਣਗੇ ਨਾ ਅਤੇ ਜੇ 12-15 ਵੀ ਪੈ ਗਈ ਤੈਨੂੰ ਪਤਾ 3% ਦਾ ਸਰਕਾਰ ਚੇਂਜ ਹੋ ਜਾਂਦੀ ਆ ਅਤੇ 42% ਦੇ ਵਿੱਚੋਂ 10-12% ਵੋਟ ਅਸੀਂ ਚੇਂਜ ਕਰਤੀ ਟਿਲਟ ਕਰ ਲਈਏ ਹਰਾ ਦਿਆਂਗੇ ਅਸੀਂ ਇਹਨਾਂ ਨੂੰ ਅਸੀਂ ਕਰਾਂਗੇ ਪੂਰੇ ਤਕੜੇ ਹੋ ਲੱਗਾਂਗੇ। ਸਾਡੇ ਨਾਲ ਰਾਮਗੜੀਆ ਸਭਾ ਦੇ ਪ੍ਰਧਾਨ ਹਰਚਰਨ ਸਿੰਘ ਵੀ ਮੌਜੂਦ ਨੇ। ਹਰਚਰਨ ਸਿੰਘ ਜੀ ਕੀ ਕਹੋਗੇ ਕਿ ਜਿਸ ਤਰੀਕੇ ਨਾਲ DGP ਸਾਹਿਬ ਨੂੰ ਵੀ ਮੈਮੋਰੈਂਡਮ ਦੇ ਰਹੇ ਹੋ ਅਤੇ ਗਵਰਨਰ ਸਾਹਿਬ ਨੂੰ ਵੀ ਸਿੱਖਾਂ ਦੀ ਸੁਪਰੀਮ ਬੋਡੀ ਹੈਗੀ ਹੈ ਕਹਿੰਦੇ ਅਕਾਲ ਤਖਤ ਸਾਹਿਬ ਰਾਮਗੜੀਆ ਸਮਾਜ ਕਿਤੇ ਨਾ ਕਿਤੇ ਉਹਨਾਂ ਨਾਲ ਸੰਬੰਧਿਤ ਉੱਥੇ ਵੀ ਕੋਈ ਕੰਪਲੇਂਟ ਦਊਂਗੇ ਇਸ ਬਾਬਤ ਕਿ ਰਾਮਗੜੀਆ ਸਮਾਜ ਅਕਾਲ ਤਖਤ ਸਾਹਿਬ ਪਹੁੰਚ? ਬਿਲਕੁਲ ਦੇਵਾਂਗੇ ਜੀ ਕਿਉਂਕਿ ਸਾਡਾ ਅਸੀਂ ਬਹੁਤ ਸਾਡੀ ਰਿਸਪੈਕਟ ਹੈ ਜੀ ਅਕਾਲ ਤਖਤ ਦੀ ਅਕਾਲ ਤਖਤ ਦਾ ਜੋ ਹੁਕਮ ਹੈ ਉਹ ਸਾਡੇ ਵਾਸਤੇ ਸੁਪਰੀਮ ਹੈ ਅਤੇ ਅਸੀਂ ਉਹਨਾਂ ਨੂੰ ਵੀ ਅਪਰੋਚ ਜ਼ਰੂਰ ਕਰਾਂਗੇ। ਬਸ ਮੇਨ ਸਾਡਾ ਇੱਕੋ ਹੀ ਮੁੱਦਾ ਜੀ CM ਸਾਹਿਬ ਨੂੰ ਰਿਕੁਐਸਟ ਕਰਨ ਦੀ ਕਿ ਇਸ ਬੰਦੇ ਨੂੰ ਇਸ ਜਗ੍ਹਾ ਤੋਂ ਹਟਾਇਆ ਜਾਵੇ ਤਾਂ ਕਿ ਜਿਹੜਾ ਰਾਮਗੜੀਆ ਬਰਾਦਰੀ ਅਤੇ OBC ਬਰਾਦਰੀ ਦਾ ਨੇ ਜਿਹੜਾ ਦਿਲ ਹਰਟ ਹੋਇਆ ਹੈ ਉਸ ਚੀਜ਼ ਦਾ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਹੈਗਾ ਉਹਦਾ ਇੱਕੋ ਹੀ ਚਾਰਾ ਹੈ ਕਿ ਇਹਨਾਂ ਨੂੰ ਹਟਾਇਆ ਜਾਵੇ ਆਪਣੀ ਚੇਅਰ ਤੋਂ ਅਤੇ ਨਵੇਂ ਬੰਦੇ ਲਗਾਏ ਜਾਣ। ਠੀਕ ਹੈ ਸ਼ੁਕਰੀਆ।
ਤਾਂ ਕਿਤੇ ਨਾ ਕਿਤੇ ਰਾਮਗੜੀਆ ਸਮਾਜ ਦੇ ਵਿੱਚ ਇਸ ਬਾਬਤ ਰੋਸ ਆ। ਹਾਲਾਂਕਿ ਗਵਰਨਰ ਸਾਹਿਬ ਅਤੇ ਡੀ ਜੀ ਪੀ ਸਾਹਿਬ ਨੂੰ ਇਸ ਬਾਬਤ ਚਿੱਠੀ ਵੀ ਲਿਖੀ ਆ, ਕਿਤੇ ਨਾ ਕਿਤੇ ਜ਼ਿਕਰ ਇਹ ਵੀ ਹੈ ਕਿ ਅਕਾਲ ਤਖ਼ਤ ਸਾਹਿਬ ਵੀ ਪਹੁੰਚ ਕੀਤੀ ਜਾਵੇਗੀ। ਅਗਰ ਨਹੀਂ ਇਸ ਬਾਬਤ ਕੋਈ ਵੀ ਐਕਸ਼ਨ ਨਹੀਂ ਲਿਆ ਜਾਂਦਾ, ਫਿਰ ਰਾਮਗੜੀਆ ਸਮਾਜ ਇਸ ਦਾ ਤਿੱਖਾ ਵਿਰੋਧ ਕਰਦਾ ਨਜ਼ਰ ਆਵੇਗਾ। ਕੈਮਰਾ ਪਰਸਨ ਰਵਿੰਦਰ ਦੇ ਨਾਲ ਮੈਂ ਦਲਜੀਤ ਸਿੰਘ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।